ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੂਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਵਿਧਾਨ ਸਭਾ ਚੋਣਾਂ ਚੋਣ ਕਮਿਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ ਤੇ ਪਾਬੰਦੀ 11 ਫਰਵਰੀ ਤੱਕ ਵਧਾਈ कोरोना वायरस ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰੈਲੀਆਂ ਅਤੇ ਰੋਡ ਸ਼ੋਅ ਤੇ ਪਾਬੰਦੀ 11 ਫਰਵਰੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਨੇ ਰੋਡ ਸ਼ੋਅ, ਪੈਦਲ ਯਾਤਰਾ, ਰੈਲੀਆਂ ਤੇ ਪਾਬੰਦੀ 11 ਫਰਵਰੀ ਤੱਕ ਵਧਾ ਦਿੱਤੀ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਮੀਟਿੰਗਾਂ ਦੇ ਲਈ ਉਨ ਲੋਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਕੁਝ ਰੈਤਾਂ ਦਿੱਤੀਆਂ ਨੇ ਹੁਣ ਵੱਧ ਤੋਂ ਵੱਧ ਹਜ਼ਾਰਾਂ ਲੋਕਾਂ ਨੂੰ ਖੁੱਲੀ ਥਾਂ ਤੇ ਸਿਆਸੀ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਦੀ ਜਨਤਕ ਮੀਟਿੰਗ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਆ ਪਹਿਲਾਂ ਇਹ ਸਮਾਂ ਸੀਮਾ 500 ਸੀ ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਇੱਕ ਹਫ਼ਤੇ ਲਈ ਰੈਲੀਆਂ, ਰੋਡ ਸ਼ੋਅ ਅਤੇ ਜਨਤਕ ਮੀਟਿੰਗਾਂ ਤੇ ਪਾਬੰਦੀ ਲਾਈ ਗਈ ਸੀ ਜਿਸ ਤੋਂ ਬਾਅਦ 15 ਫਰਵਰੀ ਅਤੇ 22 ਜਨਵਰੀ ਤੱਕ ਇਸ ਨੂੰ ਵਧਾ ਦਿੱਤਾ ਗਿਆ ਸੀ ਭਗਵੰਤ ਮਾਨ ਨੇ ਸਰਕਾਰ ਬਣਾਉਣ ਤੇ ਕਿਸਾਨਾਂ ਲਈ ਕੀਤਾ ਇਹ ਵੱਡਾ ਐਲਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ ਭਗਵੰਤ ਮਾਨ ਨੇ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਕੇਜਰੀਵਾਲ ਅੱਜ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਿਨ੍ਹਾਂ ਦੀਆਂ ਫਸਲਾਂ ਬੇਮੌਸਮੀ ਬਰਸਾਤ ਦੇ ਕਾਰਨ ਖਰਾਬ ਹੋਈਆਂ ਹਨ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਕਦੀ ਆ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਯੈਸ ਜਾਂ ਨੋ ਲਿਖ ਸਕਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਦਿੱਲੀ ਵਾਂਗ ਪੰਜਾਬ ਦੇ ਕਿਸਾਨਾਂ ਨੂੰ ਵੀ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਤੈਕ ਕਰਨ ਲਈ ਐਪ ਬਣਾਈ ਆ ਜਿਸ ਤੇ ਭਗਵੰਤ ਮਾਨ ਨੇ ਚੁਟਕੀ ਲਈ ਭਗਵੰਤ ਮਾਨ ਨੇ ਕਾਂਗਰਸ ਦੇ ਵਰਦਿਆ ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡੀ ਨਕਲ ਕਰ ਰਹੇ ਹਨ ਮੁੱਖ ਮੰਤਰੀ ਦੇ ਚਿਹਰੇ ਦੀ ਵੋਟਾਂ ਪਾ ਰਹੇ ਹਨ ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕ ਹਨ ਜੋ ਬੀਤੇ ਉਸ ਦਿਨ ਪਹਿਲਾਂ ਸਾਡੇ ਵੱਲੋਂ ਕਰਵਾਈ ਗਈ VOTING ਦੀ ਜਾਂਚ ਕਰਵਾਉਣਾ ਚਾਹੁੰਦੇ ਸਨ ਵਿਧਾਨ ਸਭਾ ਹਲਕਾ ਮਜੀਠਾ ਤੋਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਬ ਕੌਰ ਨੇ ਪਰੇ ਨਾਮਜ਼ਦਗੀ ਪੱਤਰ ਵਿધાન ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਬੌਧਨ ਸਮਾਜ ਪਾਰਟੀ ਵੱਲੋਂ ਸ਼੍ਰੀਮਤੀ ਗਨੀਮ ਕੌਰ ਪਤਨੀ ਸਾਬਕਾ ਮੰਤਰੀ ਵਿਧਾਇਕ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਨਾਮਜ਼ਦਗੀ ਪੱਤਰ ਟਰਨਿੰਗ ਆਫਿਸਰ ਕਮ ਐਸ ਡੀ ਐਮ ਮਜੀਠਾ ਮਨਦੀਪ ਕੌਰ ਕੁੰਮਣ ਕੋਲੇ ਦਾਖਲ ਕਰਾਏ ਨੇ ਸ਼੍ਰੀਮਤੀ ਗਨੀਮ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਚੱਲ ਰਹੀਆਂ ਚਰਚਾਵਾਂ ਤੇ ਵਿਰਾਮ ਲੱਗ ਗਿਆ ਕਿਉਂਕਿ ਚਰਚਾ ਚੁਆਏ ਵਿਕਰਮ ਸਿੰਘ ਮਜੀਠੀਆ ਜਾਂ ਅਮਰਤਸਰ ਪੂਰਬੀ ਦੋਹਾਂ ਚੋਂ ਇੱਕ ਸੀਟ ਛੱਡ ਸਕਦੇ ਹਨ 버거ਖਾਨ ਸਮੇਂ ਹੋਈ ਤਕਰਾਰ ਤੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲੋਕਾਂ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਖਬਰ ਬਰਨਾਲਾ ਤੋਂ ਜਿੱਥੇ 버거ਖਾਨ ਦੇ ਸਮੇਂ ਹੋਈ ਝੜਪ ਵਿੱਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨੂੰ ਕਤਲ ਕਰ ਦਿੰਦਾ ਮਾਮਲਾ ਸਾਹਮਣੇ ਆਇਆ ਜੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਮਣੀ ਨੇ ਦੱਸਿਆ ਕਿ ਉਹ ਕੱਚਾ ਕਾਲਜ ਰੂਟ ਤੇ ਬਰਕਰਖਾ ਰਹੇ ਸੀ ਐਨੇ ਦੇ ਵਿੱਚ ਅਰਜੁਨ ਬਹਿਨੀਪਾਲ ਨਾਂ ਦਾ ਇੱਕ ਨੌਜਵਾਨ ਆਇਆ ਉਸਨੇ ਗਾਲੀ ਗਲੂਚ ਕਰਨਾ ਸ਼ੁਰੂ ਕਰ ਦਿੱਤਾ ਐਨੇ ਦੇ ਵਿੱਚ ਉੱਥੇ ਪੁਲਿਸ ਆ ਗਈ ਫਿਰ ਉੱਥੋਂ ਫਰਾਰ ਹੋ ਗਿਆ ਕੁਝ ਸਮੇਂ ਬਾਅਦ ਉਸ ਦਾ ਮੈਨੂੰ ਫੋਨ ਆਇਆ ਕਿ ਆਪਾਂ ਸਮਝੌਤਾ ਕਰ ਲੈਂਦੇ ਹਾਂ ਤੁਸੀਂ ਗੱਲਬਾਤ ਲਈ ਨਾਜ ਮੰਡੀ ਵਿਖੇ ਆ ਜਾਓ ਮੈਂ ਤੇ ਮੇਰਾ ਦੋਸਤ ਅਤੇ ਮਿਲਨ ਪ੍ਰੀਤ 베ਦੀ ਰੂਬਲ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨਾਜ ਮੰਡੀ ਵਿੱਚ ਚਲੇ ਗਏ ਜਿੱਥੇ ਅਰਜੁਨ ਬੈਣੀਪਾਲ ਅਤੇ ਉਸਦੇ ਨਾਲ 12 ਵਿਅਕਤੀਆਂ ਦੀ ਇੱਕ ਗੱਡੀ ਅਤੇ ਮੋਟਰਸਾਈਕਲ ਤੇ ਆਉਂਦਿਆਂ ਹੀ ਸਾਨੂੰ ਮਾਰ ਦੇਣ ਦੀ ਨੀਤ ਨਾਲ ਗੱਡੀ ਏ ਕਹਿ ਕੇ ਉੱਪਰ ਚੜਾ ਦਿੱਤੀ ਕਿ ਅੱਜ ਤੁਹਾਨੂੰ ਮਜ਼ਾ ਜ਼ਖਾਉਂਦਿਆਂ ਜਿਸ ਨਾਲ ਸਾਡੇ ਸੱਟਾਂ ਲੱਗੀਆਂ ਜ਼ਖਮੀ ਹੋਏ ਰੂਬਲ ਨੂੰ ਇਲਾਜ ਦੇ ਲਈ ਸਿਵਲ ਹਸਪਤਲ ਲਿਜਾਇਆ ਗਿਆ ਜਿੱਥੇ ਉਹ ਖੁਦ ਦਮ ਤੋੜ ਗਿਆ ਦੱਸ ਤੀਏ ਕਿ ਉਹ ਯੂਥ ਕਾਲੀ ਦਲ ਦੇ ਮੀਤ ਪ੍ਰਧਾਨ ਸਨ ਕੈਪਟਨ ਅਮਰਿੰਦਰ ਦੇ ਲਾਈਵ ਪ੍ਰੈਸ ਕਾਨਫਰੰਸ ਦੌਰਾਨ ਹੰਗਾਮਾ ਪਟਿਆਲਾ ਵਿਖੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਨੇ ਆਉਂਦੇ ਸਾਰ ਸਿੱਧਾ ਹੀ ਕੈਪਟਨ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਉਕਤ ਵਿਅਕਤੀ ਵੱਲੋਂ ਕਿਹਾ ਗਿਆ ਹੈ ਕਿ ਉਹਦੇ ਤੇ ਕੋਵਿਡ ਦੌਰਾਨ ਪਰਚਾ ਹੋਇਆ ਸੀ ਮੈਂ ਤੁਹਾਨੂੰ ਵੋਟ ਕਿਉਂ ਪਾਵਾਂ ਸਕੂਲ ਵਾਲਿਆਂ ਨੇ ਸਾਡੇ ਨਾਲ ਤੱਕਾ ਕੀਤਾ ਮੇਰਾ ਤੇ ਮੇਰੀ ਪਤਨੀ ਤੋਂ ਇਲਾਵਾ ਮੇਰੇ ਸਾਥੀਆਂ ਤੇ ਮਾਮਲੇ ਦਰਜ ਕੀਤੇ ਬਗਾਏ ਹਨ ਵਿਅਕਤੀ ਦੀ ਗੱਲਬਾਤ ਸੁਣਨ ਤੋਂ ਬਾਅਦ ਕੈਪਟਨ ਨੇ ਕਿਹਾ ਉਸ ਨੂੰ ਇਨਸਾਫ ਦਿਵਾਇਆ ਜਾਵੇਗਾ ਮੱਖਣ ਸਿੰਘ ਲਾਲਕਾ ਨੇ ਮੋੜ ਬਦਲੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਵਿਧਾਨ ਸਭਾ ਹਲਕਾ ਨਾਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਮੇ ਦੇ ਹਲਕਾ ਇੰਚਾਰਜ ਰਹੇ ਮੱਖਣ ਸਿੰਘ ਲਾਲਕਾ ਵੱਲੋਂ ਕੁਝ ਦਿਨ ਪਹਿਲਾਂ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਗਈ ਸੀ ਟਿਕਟ ਨਾ ਮਿਲਣ ਤੇ ਉਹਨਾਂ ਵੱਲੋਂ ਲੋਕ ਪੰਜਾਬ ਕਾਂਗਰਸ ਦਾ ਪੱਲਾ ਫੜਿਆ ਗਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਿਕਟ ਨਾ ਦਿੱਤੇ ਜਾਣ ਉਪਰੰਤ ਉਹਨਾਂ ਵੱਲੋਂ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਲਈ ਗਈ ਆ ਹੁਣ ਸਿੱਧੇ ਤੌਰ ਤੇ ਮੱਖਣ ਸਿੰਘ ਲਾਲਕਾ ਵਿਧਾਨ ਸਭਾ ਹਲਕਾ ਨਾਬਾ ਵਿੱਚ ਉਮੀਦਵਾਰ ਗੁਰਦੇਵ ਸਿੰਘ ਮਾਨ ਦੇ ਮਦਦ ਲਈ ਉਤਰਨਗੇ ਪਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚੰਨੀ ਨੂੰ ਭਗਵੰਤ ਮਾਨ ਦੀ ਚੁਣੌਤੀ ਜਮਾਨਤ ਜਬਤ ਕਰਾ ਕੇ ਭੇਜਾਂਗੇ ਚਮਕੌਰ ਸਾਹਿਬ ਦੇ ਨਾਲ ਹੀ ਹਲਕਾ ਪਦੌੜ ਤੋਂ ਮੁਕ ਚੋਣ ਲੜਨ ਜਾ ਰਹੇ ਮੁੱਖ ਮੰਤਰੀ ਚੰਨੀ ਨੂੰ ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਹੈ ਭਗਵੰਤ ਮਾਨ ਨੇ ਦਾਵਾ ਕੀਤਾ ਕਿ ਸੀਐਮ ਚੰਨੀ ਦੀ ਪਦੌੜ ਤੋਂ ਜਮਾਨਤ ਜਬਤ ਕਰਾ ਕੇ ਭੇਜਿਆ ਜਾਵੇਗਾ ਮਾਨ ਨੇ ਕਿਹਾ ਕਿ ਈੜੀ ਮਾਮਲੇ 'ਚੋਂ ਚੰਨੀ ਦੀ ਜ਼ਮਾਨਤ ਹੋ ਸਕਦੀ ਆ ਪਰ ਪਧੌੜ ਤੋਂ ਚੰਨੀ ਦੀ ਜ਼ਮਾਨਤ ਜ਼ਰੂਰ ਜਬਤ ਹੋਵੇਗੀ ਦੱਸਦੀ ਹੈ ਵਿਧਾਨ ਸਭਾ ਹਲਕਾ ਪਧੌੜ ਭਗਵੰਤ ਮਾਨ ਦੀ ਸੰਸਦੀ ਸੀਟ ਸੰਗਰੂਰ ਦੇ ਅਦੀਨੋਂ ਦਾ ਇਸ ਦੇ ਲਈ ਇਲਾਕੇ ਵਿੱਚ ਭਗਵੰਤ ਮਾਨ ਦਾ ਕਹਿੰਦੇ ਪੂਰਾ ਜੋਰ ਹੈ ਕਾਂਗਰਸ ਹਾਈ ਕਮਾਂਡ ਨੇ ਦਾਅ ਖੇਡਿਆ ਹੈ ਤਾਂ ਜੋ ਮੁੱਖ ਮੰਤਰੀ ਚੰਨੀ ਨੂੰ ਬਣਾਇਆ ਜਾ ਸਕੇ ਜੇਕਰ ਕਾਂਗਰਸ ਸੀਟਾਂ ਜਾਤੀਆਂ ਲੈ ਕੇ ਜਾਂਦੀ ਹੈ ਚੰਨੀ ਨੇ ਮੇਰੀ ਪਿੱਠ ਵਿੱਚ ਛੁਰਾ ਮਾਰਿਆ ਕੈਪਟਨ ਅਮਰਿੰਦਰ ਸਿੰਘ ਬੂਲੇ ਸਿੱਧੂ ਅਤੇ ਚੰਨੀ ਮੁੱਖ ਮੰਤਰੀ ਦੇ ਯੋਗ ਨਹੀਂ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਚੰਨੀ ਨੇ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਨਿਸ਼ਾਨਾ ਲਾਇਆ ਕੈਪਟਨ ਨੇ ਕਿਹਾ ਕਿ ਚੰਨੀ ਅਤੇ ਸਿੱਧੂ ਦੋਵੇਂ ਹੀ ਮੁੱਖ ਮੰਤਰੀ ਬਣਨ ਦੇ ਯੋਗ ਨਹੀਂ ਹਨ ਕੈਪਟਨ ਮਰਿੰਦਰ ਸਿੰਘ ਨਿਊਜ਼ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਚਰਨਜੀਤ ਚੰਨੀ ਨੇ ਉਹਨਾਂ ਦੀ ਪਿੱਠ 'ਚੋਂ ਛੁਰਾ ਮਾਰਿਆ ਉਹਨਾਂ ਨੇ ਕਿਹਾ ਚੰਨੀ ਨੂੰ ਮੀਟੂ ਦੇ ਮਾਮਲੇ ਵਿੱਚ ਮੈਂ ਹੀ ਬਚਾਇਆ ਸੀ ਪਰੰਤੂ ਚੰਨੀ ਮੇਰੇ ਵਿਰੁੱਧ ਹੀ 2 ਸਾਲ ਸਾਜ਼ਿਸ਼ ਰਚ ਰਿਹਾ ਸੀ ਨਵਜੋਤ ਸਿੱਧੂ ਨੇ ਪੇਸ਼ ਕੀਤਾ ਰੁਜ਼ਗਾਰ ਮਾਡਲ 5 ਸਾਲਾਂ 'ਚੋਂ ਦਿੱਤੀਆਂ ਜਾਣਗੀਆਂ 5 ਲੱਖ ਨੌਕਰੀਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਏ ਨੇ ਉਹਨਾਂ ਨੇ ਰੋਜ਼ਗਾਰ ਮਾਡਲ ਪੇਸ਼ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ 5 ਲੱਖ ਨੌਕਰੀਆਂ 5 ਸਾਲਾਂ ਦੇ ਵਿੱਚ ਦਿੱਤੀਆਂ ਜਾਣਗੀਆਂ ਮਨਰੇਗਾ ਦੀ ਤਿਹਾਰੀ 350 ਕੀਤੀ ਜਾਵੇਗੀ ਹਰ ਮਜ਼ਦੂਰ ਨੂੰ ਲੇਬਲ ਕਮਿਸ਼ਨ ਦੇ ਕੋਲੇ ਰਜਿਸਟਰਡ ਕੀਤਾ ਜਾਵੇਗਾ ਮਜ਼ਦੂਰ ਨੂੰ ਗਰੀਬੀ ਰੇਖਾ ਤੋਂ ਹੇਠਾਂ ਕਾਰਡ ਹਰ ਦਿੱਤਾ ਜਾਵੇਗਾ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਰਾਜਕਿਰਤ ਸੁਧਾਰ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ਉਦਯੋਗਾਂ ਕੋਲੇ ਹੁਨਰਮੰਦ ਮਨਜ਼ੂਰ ਨਹੀਂ ਹਨ ਹੁਣ ਉਦਯੋਗਾਂ ਨੂੰ ਭਾਈਵਾਲ ਬਣਾ ਕੇ ਲੋੜ ਅਨੁਸਾਰ ਲੇਬਰ ਤਿਆਰ ਕਰਕੇ ਉਹਨਾਂ ਨੂੰ ਸਪਲਾਈ ਕੀਤੀ ਜਾਵੇਗੀ ਮਿੱਡੇ ਮੀਲ ਵਿੱਚ ਆਂਡਾ ਤੇ ਦੁੱਧ ਵੀ ਦਿੱਤਾ ਜਾਵੇਗਾ ਬੀਪੀਐਲ ਕਾਰਡ ਧਾਰਕਾਂ ਨੂੰ ਪੰਜ ਅਨਾਜ 5 ਕਿਲੋ ਅਨਾਜ ਆਟਾ ਤੇ ਦਾਲਾਂ ਮਿਲਣਗੀਆਂ ਜਾਦੀ ਜਾਣਕਾਰੀ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਡੇਰਾ ਬਿਆਸ ਤੇ ਸਰਦਾਲਵਾਂ ਲਈ ਚੰਗੀ ਖਬਰ ਇਸ ਤਰੀਕ ਤੋਂ satsang ਸ਼ੁਰੂ ਰਾਧਾ ਸੁਆਮੀ ਡੇਰਾ ਬਿਆਸ ਪੰਜਾਬ ਦੇ ਸ਼ਰਦਾਲਵਾਂ ਲਈ ਖੁਸ਼ੀ ਦੀ ਖਬਰ ਹੈ ਡੇਰੇ ਵੱਲੋਂ 2 ਫਰਵਰੀ ਤੋਂ satsang ਸ਼ੁਰੂ ਕਰ ਦਿੱਤੇ ਗਏ ਨੇ ਕਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ ਜਨਵਰੀ ਵਿੱਚ ਡੇਰਾ ਰਾਦਾ ਸਵਾਮੀ satsang ਬਿਆਸ ਵੱਲੋਂ ਜਾਰੀ ਹਦਾਇਤਾਂ ਤੇ satsang ਬੰਦ ਕਰ ਦਿੱਤੇ ਗਏ ਸਨ ਹੁਣ ਡੇਰੇ ਦੀ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ਤੇ 2 ਫਰਵਰੀ ਤੋਂ ਡੇਰੇ ਵਿੱਚ satsang ਸ਼ੁਰੂ ਕਰ ਦਿੱਤੇ ਗਏ ਹਨ ਜੋ ਕਿ ਐਤਵਾਰ ਅਤੇ ਬੁੱਧਵਾਰ ਤੇ ਵੀਰਵਾਰ ਨੂੰ ਪਹਿਲਾਂ ਦੀ ਤਰ੍ਹਾਂ ਹੀ ਹੋਇਆ ਕਰਨਗੇ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਦੇਖੋ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਨ ਮਗਰੋਂ ਨਵਜੋਤ ਕੌਰ ਸਿੱਧੂ ਨੇ ਵੰਗਾਰਿਆ ਜਿੱਥੇ ਮਰਜ਼ੀ ਪਾਜ ਲਵੇ ਜਾਣਾ ਤਾਂ ਜੇਲ ਹੀ ਪੈਣਾ ਹੈ ਸਾਬਕਾ ਕਾਲੀ ਮੰਤਰੀ ਵਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਕੇਸ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲਨ ਮਗਰੋਂ ਕਾਂਗਰਸ ਪ੍ਰਧਾਨ ਨਵਜੋਤ ਕੌਰ ਸਿੱਧੂ ਵੰਗਾਰਿਆ ਉਹਨਾਂ ਨੇ ਕਿਹਾ ਕਿ ਮਜੀਠੀਆ ਜਿੱਥੇ ਮਰਜ਼ੀ ਪਾਜ ਲਵੇ ਆਖਰ ਉਹਨਾਂ ਨੂੰ ਜੇਲ ਹੀ ਜਾਣਾ ਪੈਣਾ ਹੈ ਸੁਪਰੀਮ ਕੋਰਟ ਨੇ ਅਜ ਮਜੀਠੀਆ ਨੂੰ ਰਾਹਤ ਦਿੰਦਿਆਂ 23 ਫਰਵਰੀ ਤੱਕ ਰੋਕ ਲਾ ਦਿੱਤੀ ਹੈ ਇਸ ਬਾਰੇ ਸਿੱਧੂ ਨੇ ਕਿਹਾ ਕਿ ਮਜੀਠੀਆਂ ਨੂੰ ਜਮਾਨਤ ਨਹੀਂ ਮਿਲੀ ਕੁਝ ਦਿਨਾਂ ਦੀ ਮੌਲਤ ਮਿਲੀ ਹੈ ਮਜੀਠੀਆਂ ਦੇ ਖਿਲਾਫ ਡਰੱਗ ਦਾ ਬਹੁਤ ਗੰਭੀਰ ਕੇਸ ਇਸ ਲਈ ਉਸ ਨੂੰ ਜੇਲ੍ਹ ਤਾਂ ਜਾਣਾ ਹੀ ਪਵੇਗਾ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕਾਲੀਆਂ ਨੇ 10 ਸਾਲ ਰਾਜ ਦੇ ਵਿੱਚ ਨਸ਼ਾ ਵਕਾਇਆ ਮਾਈਨਿੰਗ ਹੋਈ ਦਾਰੂ ਵਕੀ ਬਾਦਲ ਸਰਕਾਰ ਨੇ ਹੋਰ ਕੁਝ ਨਹੀਂ ਕੀਤਾ ਬਲਵੰਤ ਸਿੰਘ ਰਾਜਵਾਨਾ ਪੈਰੋਲ ਦੇ ਪਿਤਾ ਭੋਗ ਸਮਾਗਮ ਦੇ ਵਿੱਚ ਹੋਏ ਸ਼ਾਮਲ ਉਨਾਂ ਨੂੰ 1 ਘੰਟੇ ਦੀ ਪੈਰੋਲ ਜਿਹੜੀ ਮਿਲੀ ਸੀ ਸਿੱਧੂ ਮੂਸੇਵਾਲਾ ਨੇ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ ਇਸ ਦੀ ਜਾਣਕਾਰੀ ਉਸ ਦੇ ਵੱਲੋਂ ਆਪਣੇ ਫੇਸਬੁਕ ਪੇਜ ਤੇ ਦਿੱਤੀ ਗਈ ਹੈ ਢਿੱlo ਨਾਲ ਕੋਈ ਕਾਂਗਰਸੀ ਵਰਕਰ ਚੱਲਣ ਨੂੰ ਤਿਆਰ ਨਹੀਂ ਸ਼ਰਮਾ ਸੀਨੀਅਰ ਕਾਂਗਰਸੀ ਆਗੂ ਸੰਜੀਵ ਕੁਮਾਰ ਬੌਬੀ ਅਕਾਲੀ ਦਲ ਦੇ ਵਿੱਚ ਸ਼ਾਮਲ ਨੇ ਡੇਰਾਬਾਸੀ ਦੇ ਨਾਲ ਲੱਗਦੇ ਪਿੰਡ ਮੁਬਾਰਕਪੁਰ ਮੀਰਪੁਰਾ ਵਿੱਚ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਇਸ ਪਿੰਡ ਦੇ ਸਭ ਤੋਂ ਪੁਰਾਣੇ ਕਾਂਗਰਸੀ ਪਰਿਵਾਰ ਦੇ ਮੈਂਬਰ ਸੰਜੀਵ ਕੁਮਾਰ ਬੌਬੀ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਕਿਹਾ ਕਾਂਗਰਸੀ ਉਮੀਦਵਾਰ ਦੀਪਿੰਦਰ ਢਿੱਲੋਂ ਵਰਕਰਾਂ ਦਾ ਸ਼ੋਸ਼ਣ ਕਰਦਾ ਹੈ ਕੌਂਸਲ ਚੋਣਾਂ ਖੜੇ ਉਮੀਦਵਾਰਾਂ ਤੋਂ ਢਿੱਲੋਂ ਨੇ ਹਲਫੀਆ ਤੇ ਖਾਲੀ ਚੈੱਕ ਲਾਏ ਸਨ ਜਿਸ ਨੂੰ ਕੌਸ਼ਲ ਪ੍ਰਦਾਨ ਬਣਾਉਣਗੇ ਤਾਂ ਉਹ ਰਾਜਵੰਦ ਹੋਣਗੇ ਉਨ੍ਹਾਂ ਐਨਕੇ ਸ਼ਰਮਨੁ ਪ੍ਰੋਸਾਦ ਵਾਏ ਕਿ ਉਹ ਮੁਬਾਰਕਪੁਰ ਪੀਰ ਮੋਹਰ ਤੋਂ ਉਹਨਾਂ ਨੂੰ ਵੱਡੀ ਲੀਡ ਨਾਲ ਚੁਟਾਉਣਗੇ 5 ਸਾਲਾਂ ਦੇ ਵਿੱਚ ਸੁਖਵੀਰ ਬਾਦਲ ਦੀ ਚੱਲ ਜਾਇਦਾਦ ਹੋਈ ਦੁੱਗਣੀ ਪਰਿਵਾਰ ਸਿਰ ਕਰੋੜਾਂ ਦਾ ਕਰਜ਼ਾ ਵੀ ਸੁਖਵੀਰ ਬਾਦਲ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦ ਕੀ ਪੱਤਰ ਦਾਖਲ ਕੀਤਾ ਹੈ ਕਵਰਿੰਗ ਉਮੀਦਵਾਰ ਵਜੋਂ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਣੀਆ ਹਲਫਨਾਮੇ ਮੁਤਾਬਕ 5 ਸਾਲਾਂ ਤੋਂ ਸੁਖਵੀਰ ਬਾਦਲ ਕਰੋੜਾਂ ਦੇ ਨਿਜ਼ਮਾ ਦੀ ਅਣਦੇਖੀ ਵਰਗੇ 6 ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਦੀ ਜਾਇਦਾਦ ਵੀ ਦੁੱਗਣੀ ਹੋ ਗਈ ਹੈ ਸੁਖਬੀਰ ਦੀ ਸਾਲਾਨਾ ਆਮਦਨ 2.23 ਕਰੋੜ ਹੈ ਕੋਈ ਕਾਰਨ ਨਹੀਂ ਪਰ ਦੋ ਟਰੈਕਟਰ ਹਨ ਉਹਨਾਂ ਦੀ ਪਤਨੀ ਦੀ ਆਮਦਨ 2.10 ਕਰੋੜ ਦੇ ਕਰੀਬ ਹੈ ਸੁਖਬੀਰ ਬਾਦਲ ਦੀ ਸੰਜੀ ਪਰਿਵਾਰਕ ਫਰਮ ਦੀ ਆਮਦਨ 4.58 ਲੱਖ ਰੁਪਏ ਹੈ ਸੁਖਬੀਰ ਦੇ ਕੋਲੇ ਐਚ ਯੂ ਐਫ ਨਾਂ ਤੇ 50.31 ਕਰੋੜ ਦੀ ਅਚੱਲ ਜਾਇਦਾਦ ਹੈ ਇਸ ਤੋਂ ਇਲਾਵਾ ਉਹਨਾਂ ਦੀ ਆਪਣੀ ਚੱਲ ਅਚੱਲ ਜਾਇਦਾਦ 52.95 ਕਰੋੜ ਦੀ ਹੈ ਸੋ ਕੁਬੀਰ ਬਾਦਲ ਤੇ 2017 ਦੇ ਵਿੱਚ 39.70 ਕਰੋੜ ਦਾ ਕਰਦਾ ਸੀ ਜੋ ਕਿ ਹੁਣ 35.05 ਕਰੋੜ ਹੋ ਗਿਆ ਹੈ ਜਾਨੀ ਕਿ ਘਟ ਗਿਆ ਹੈ। ਸਾਧੂ ਸਿੰਘ ਧਰਮਸੋਤ ਨੂੰ ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ ਨਾਬਾ ਦੇ ਰਿਟਰਨਿੰਗ ਅਫਸਰ ਨੇ ਨਾਬਾ ਵਿੱਚ ਰੂਟ ਸ਼ੋਅ ਵਾਲੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਜੋਂ ਸ਼ਿਕਾਇਤ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ 4 ਆਈਐਸ ਤੇ 2 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਪਲਾਸਟਿਕ ਡੋਰ ਦੀ ਲਪੇਟ ਚ ਆਇਆ ਮੋਟਰਸਾਈਕਲ ਸਵਾਰ ਨੌਜਵਾਨ ਲੁਧਿਆਣਾ ਵਿੱਚ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਨੂੰ ਪਲਾਸਟਿਕ ਡੋਰ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਕਰਕੇ ਨੌਜਵਾਨ ਦਾ ਗਲਾ ਵੱਢਿਆ ਗਿਆ ਤੇ ਡੂੰਗਾ ਜ਼ਖਮ ਹੋ ਗਿਆ ਉਸਤੇ ਘਲੇ ਤੇ ਟੋਟਲ 12 ਟਾਂਕੇ ਲੱਗੇ ਨੇ 10 ਫਰਵਰੀ ਤੋਂ ਇਹਨਾਂ ਟ੍ਰੇਨਾਂ ਭਰਤੀ ਦੇ ਰਵੇ ਨੇ ਕੀਤੀਆਂ ਰੱਦ ਕਿਤੇ ਤੁਹਾਡੀ ਟ੍ਰੇਨ ਵੀ ਤਾਂ ਨਹੀਂ ਹੋ ਗਈ ਕੈਨਸਲ ਸੋ ਭਾਰਤੀ ਰੇਲਵੇ ਨੇ ਕਈ ਟ੍ਰੇਨਾਂ ਰੱਦ ਕਰਤੀਆਂ ਨੇ ਟਰੈਕਸ ਤੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਕਾਰਨ ਰੇਲਵੇ ਨੇ ਇਹ ਫੈਸਲਾ ਲਿਆ ਹੈ ਦਰਅਸਲ ਬਿਲਾਸਪੁਰ ਦੇ ਦੱਖਣ ਪੂਰਬੀ ਮਾਧ ਰੇਲਵੇ ਨੇ ਜੈਥਰੀ ਚੁੱਲਾ ਰੇਲਵੇ ਸੈਕਸ਼ਨ ਤੇ ਉਸਾਰੀ ਦਾ ਕੰਮ ਚੱਲ ਰਿਹਾ ਇਸ ਕਾਰਨ ਭਾਰਤੀ ਰੇਲਵੇ ਵੱਲੋਂ ਕਈ ਟ੍ਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਇਹਨਾਂ ਸਾਰੀਆਂ ਟ੍ਰੇਨਾਂ ਨੂੰ 1 ਫਰਵਰੀ ਤੋਂ 10 ਫਰਵਰੀ ਦੇ ਦਰਮਿਆਨ ਚੱਲਣੀਆਂ ਸਨ ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਸੂਚੀ ਵਿੱਚ ਬਿਲਾਸਪੁਰ ਪੋਪਾਲ ਅਤੇ ਜੰਮੂ ਤਵੀ ਐਕਸਪ੍ਰੈਸ ਸ਼ਾਮਲ ਹਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਨੂੰ ਮਿਲੇ ਸੁਖਦੀਪ ਢੀਂਡਸਾ ਨੂੰ ਵੱਡੀ ਖਬਰ ਹੈ ਜੀ ਮੁਲਾਕਾਤ ਸੋਮਵਾਰ ਨੂੰ ਕੀਤੀ ਗਈ ਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਪ੍ਰਚਾਰ ਮਹਿੰਮ ਦਰਮਿਆਨ ਦੋਹਾਂ ਨੇਤਾਵਾਂ ਚ ਇਹ ਮੁਲਾਕਾਤ ਸੰਸਦ ਭਵਨ ਚ ਹੋਈ ਆ ਮੋਦੀ ਨੇ ਇਸ ਮੁਲਾਕਾਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ ਕਿ ਰਾਜ ਸਭਾ ਸੰਸਦ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਇੱਕ ਸ਼ਾਨਦਾਰ ਮੁਲਾਕਾਤ ਮੁੱਖ ਵਿਚਾਰ ਤੇ ਉਹਨਾਂ ਦੇ ਡੂੰਗੇ ਵਿਚਾਰ ਸੁਣਨਾ ਹਮੇਸ਼ਾ ਆਨੰਦ ਦਾ ਇੱਕ ਹੁੰਦਾ ਹੈ ਪੰਜਾਬ ਦੀ ਤਰੱਕੀ ਲਈ ਉਹਨਾਂ ਦਾ ਜਜ਼ਬਾ ਹਮੇਸ਼ਾ ਦਿਖਾਈ ਦਿੰਦਾ ਹੈ ਕਾਂਗਰਸ ਤੋਂ ਬਾਗੀ ਹੋਏ ਜੱਸੀ ਨੇ ਆਜ਼ਾਦ ਉਮੀਦਵਾਰ ਵਜੋਂ ਗੱਡਿਆ ਝੰਡਾ ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਹਰਮਿਤ ਸਿੰਘ ਕਾਲਕਾਰ ਨੇ ਪਾਰਟੀ ਤੋਂ ਦੇ ਤਸਤੀਫਾ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਹਰਮਿੰਦ ਸਿੰਘ ਕਾਲਕਾਂ ਨੇ ਪਾਰਟੀ ਤੋਂ ਸਤੀ ਪ੍ਰਾਪਤ ਕੀਤਾ ਉਹਨਾਂ ਨੇ ਪਾਰਟੀ ਦੇ ਸਾਰੇ ਆਉਦੇ ਛੱਡੇ ਨੇ ਕਾਲਕਾ ਅਕਾਲੀ ਦਲ ਬਾਦਲ ਦੀ ਟਿਕਟ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੇ ਉਹ 22 ਜਨਵਰੀ ਨੂੰ ਹੋਈ ਕਾਰਜ ਕਰਨੇ ਦੀਆਂ ਚੋਣਾਂ ਵਿੱਚ ਪ੍ਰਧਾਨ ਚੁਣੇ ਗਏ ਸਾਨੂੰ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਰਹਿਣਗੇ ਉਹਨਾਂ ਨੇ ਕਿਹਾ ਜੀ ਪਿਆਰ ਅਤੇ ਸਹਿਯੋਗ ਲਈ ਦਿੱਲੀ ਦੀ ਸੰਗਤ ਦਾ ਧੰਨਵਾਦ ਹੈ ਲੁਧਿਆਣਾ ਕਾਂਗਰਸ 'ਚ ਬਗਾਵਤ ਕੈਬਨਿਟ ਮੰਤਰੀ ਆਸ਼ੂ ਖਿਲਾਫ ਲੜਨਗੇ ਬਾਬਾ ਕਾਂਗਰਸ 'ਚ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ 'ਚ অসੰਤੁਸ਼ਟਾਂ ਦੀ ਬਗਾਵਤ ਸਾਹਮਣੇ ਆਉਣ ਲੱਗੀ ਆ ਲੁਧਿਆਣਾ ਦੱਕਣੀ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਕੇ ਕੇ ਬਾਬਾ ਨੇ ਆਪਣੀ ਹੀ ਪਾਰਟੀ ਅਤੇ ਮੰਤਰੀ ਭਾਰਤਪੂਸ਼ਣ ਆਸ਼ੂ ਦੇ ਖਿਲਾਫ ਚੋਣ ਲੜਨ ਦਾ ਬਿਗਲ ਵਜਾ ਦਿੱਤਾ ਬਾਬਾ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵੱਜੋਂ ਲੁਧਿਆਣਾ ਪੱਛਮੀ ਤੋਂ ਨਾਮਜ਼ਦਗੀ ਦਾਖਲ ਕਰਾਉਣਗੇ ਬਾਬਾ ਨੇ ਕਿ ਪਾਰਟੀ ਵਿੱਚ ਪੈਸੇ ਤੇ ਪਹੁੰਚ ਦੇ ਆਧਾਰ ਤੇ ਟਿਕਟਾਂ ਦੀ ਵੰਡ ਕੀਤੀ ਜਾਂਦੀ ਹੈ। ਚੰਨੀ ਨੂੰ ਦੋ ਥਾਵਾਂ ਤੋਂ ਟਿਕਟ ਦੇਣ ਤੇ ਨਵਜੋਤ ਸਿੱਧੂ ਨੇ ਸਾਦੀ ਚੁੱਪੀ ਕਿਹਾ ਮੁੱਖ ਮੰਤਰੀ ਬਾਰੇ ਹਾਈ ਕਮਾਂਡ ਕਰੇਗੀ ਫੈਸਲਾ। ਇਸ ਸਬੰਧੀ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਮੂੰਹ ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਸਿਰਫ ਇਹ ਨਹੀਂ ਮੁੱਖ ਮੰਤਰੀ ਦੇ ਚਿਹਰੇ ਦੇ ਫੈਸਲਾ ਹਾਈ ਕਮਾਂਡ ਦੇ ਵੱਲੋਂ ਲਿਆ ਜਾਵੇਗਾ ਦੱਸ ਦਈਏ। ਕਾਂਗਰਸ ਵਿੱਚ ਚਾਨੀ ਅਤੇ ਸਿੱਧੂ ਮੁੱਖ ਮੰਤਰੀ ਦੀ ਦੌੜ ਵਿੱਚ ਹਨ ਰਾਹੁਲ ਦੀ ਰੈਲੀ ਪੰਜਾਬ ਰੈਲੀ ਦੌਰਾਨ ਦੋਵਾਂ ਆਗੂਆਂ ਨੇ ਸਟੇਜ ਤੋਂ ਇਹ ਗੱਲ ਉਠਾਈ ਸੀ ਕੈਪਟਨ ਨੇ ਖੰਡੂਰ ਸਾਹਿਬ ਤੋਂ ਸ਼ਹਿਨਾਜ਼ कौर ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਐਲਾਨਿਆ ਉਮੀਦਵਾਰ ਲੰਬੀ ਤੋਂ ਭਾਜਪਾ ਦੇ ਉਮੀਦਵਾਰ ਦੇ ਹੱਕ ਚ ਚੋਣ ਪ੍ਰਚਾਰ ਲਈ ਰਾਜਸਥਾਨ ਤੋਂ ਆਏ ਐਮਪੀ ਵਿਧਾਨ ਸਭਾ ਹਲਕੇ ਲੰਬੀ ਦੇ ਵਿੱਚ ਬੀਜੇਪੀ ਪਾਰਟੀ ਦੇ ਉਮੀਦਵਾਰ ਰਕੇਸ਼ ਢਿੰਗਰਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਲਈ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਆਏ ਸੀ ਜੋ ਪੀ ਜੋਛੀ ਪੂਜਾ ਜਿਨ੍ਹਾਂ ਨੇ ਬੀਜੇਪੀ ਦੇ ਉਮੀਦਵਾਰ ਦੇ ਹੱਕ ਚ ਵੋਟਾਂ ਪਾਉਣ ਦੀ ਅਪੀਲ ਕੀਤੀ ਉਹਨਾਂ ਨੇ ਦਾਵਾ ਕੀਤਾ ਕਿ ਭਾਰਤੀ ਲੋਕ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੰਮਾਂ ਦੇ ਕਰਕੇ ਉਹਨਾਂ ਦੇ ਨਾਂ ਤੇ ਮੋਹਰਾਂ ਲਾਉਣਗੇ ਸੁਖਪਾਲ ਖੇਰਾ ਦੇ ਵੱਲੋਂ ਪੁਲਤ ਵਿਖੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਗਏ ਹਨ ਸੁਖਪਾਲ ਖੈਰਾਨ ਨੇ ਕਿਹਾ ਕਿ ਸਰਕਾਰਾਂ ਨੇ ਤਾਂ ਮੈਨੂੰ ਡੱਕ ਦਿੱਤਾ ਉਹ ਚਾਹੁੰਦੇ ਹਨ ਕਿ ਮੈਂ ਚੋਣਾਂ ਨਾ ਲੜ ਸਕਾਂ ਹੁਣ ਲੋਕਾਂ ਦੀ ਅਰਦਾਸ ਹੈ ਕੋਹ ਨਾਮਿਨੇਸ਼ਨ ਕਰਵਾਉਣ ਦੇ ਯੋਗ ਹੋਏ ਨੇ 1996 ਲੋਕ ਸਭਾ ਚੋਣਾਂ ਵਰਗਾ ਇਤਿਹਾਸ ਦੁਹਰਾ ਕੇ ਵੱਡੀ ਜਿੱਤ ਹਾਸਲ ਕਰਾਂਗੇ ਗੜੀ ਪੰਜਾਬ ਚ ਕਰੀਬ ਢਾਈ ਦਹਾਕੇ ਅਮਦ ਸ਼ਰੋਮਣੀ ਅਕਾਲੀ ਦਲ ਅਤੇ ਬਸਪਾ ਇੱਕ ਵਾਰ ਫਿਰ ਮਿਲ ਕੇ ਚੋਣ ਮੈਦਾਨ ਚ ਹਨ ਇੱਕ 117 ਸੀਟਾਂ ਵਾਲੀ ਵਿਧਾਨ ਸਭਾ ਚ 97 ਸੀਟਾਂ ਤੇ ਅਕਾਲੀ ਦਲ ਤੇ 20 ਉੱਤੇ ਬਸਪਾ ਦੇ ਉਮੀਦਵਾਰ ਲੜ ਰਹੇ ਹਨ ਜਿਕਰ ਜੋਗੇ ਕਿ ਪੰਜਾਬ ਦੀ ਸਭ ਤੋਂ ਜ਼ਿਆਦਾ ਦਲਤ ਆਬਾਦੀ ਦਲਤ ਰਾਜਨੀਤੀ ਨੂੰ ਧਾਰ ਦੇਣ ਵਾਲੀ ਕਾਸ਼ੀਰਾਮ ਦੀ ਜਨਮ ਭੂਮੀ ਵੀ ਪੰਜਾਬ ਹੈ ਤੇ ਉਹ ਪੰਜਾਬ ਚੋਣਾਂ ਚ ਬਸਪਾ ਦੀ ਤਾਕਤ ਬਣੇਗੀ ਕਾਲੀ ਬਸਪਾ ਗੱਠਜੋੜ ਜਿੱਤ ਦਾ ਝੰਡਾ ਕੱਢੇਗਾ ਤੇ ਪੰਜਾਬ ਦੇ ਵਿੱਚ ਇਹ ਪਰਚਮ ਲਹਿਰਾਏਗਾ ਰਾਗਵ ਚੱਡਾ ਦਾ ਵੱਡਾ ਦਾਵਾ ਦੋ ਸੀਟਾਂ ਤੋਂ ਸੀਐਮ ਚੰਨੀ ਨੂੰ ਹਰਾਏਗੀ ਆਮ ਆਦਮੀ ਪਾਰਟੀ ਸੋ ਮੁੱਖ ਮੰਤਰੀ ਚੰਨੀ ਵੱਲੋਂ ਦੋ ਸੀਟਾਂ ਤੋਂ ਚੋਣ ਲੜਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿੱਖੇ ਨਿਸ਼ਾਨੇ ਮਿਨੇ ਹਨ ਆਪ ਦੇ ਸੀਨੀਅਰ ਆਗੂ ਰਾਗ ਵਿਚਾੜਾ ਨੇ ਮੁੱਖ ਮੰਤਰੀ ਚਾਨੀ ਨੂੰ ਰੇਤਾ ਚੋਰ ਦੱਸਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ਦੀ ਜਨਤਾ ਰੇਤਾ ਚੋਰ ਨੂੰ ਨਹੀਂ ਸਗੋ ਇਮਾਨਦਾਰ ਪਾਰਟੀ ਨੂੰ ਜਿਤਾਵੇਗੀ ਤੇ ਚਾਨੀ ਨੂੰ ਦੋ ਮਾ ਥਾਵਾਂ ਤੋਂ ਹੀ ਖਿਰਾਵੇਗੀ ਅੰਮ੍ਰਿਤਸਰ ਉਤਰੀ ਹਲਕੇ ਤੋਂ ਕਮਰ ਵਿਜੇ ਪ੍ਰਤਾਪ ਸਣੇ ਇਨਾਗਵਾ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ ਉਸ ਸਮੇਂ ਉਹਨਾਂ ਦੇ ਧਰਮ ਪਤਨੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਹਾਜ਼ਰ ਰਹੇ ਬਲਵੰਤ ਰਾਜੂਆਣਾ ਤੇ ਪੜਕੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਪੰਜਾਬ ਦੇ ਮਰਹੂਮ ਬੀਅੰਤ ਸਿੰਘ ਕਤਲ ਮਾਮਲੇ ਦੇ ਮੁੱਖ ਦੋਸ਼ੀ ਬਲਵੰਤ ਰਾਜੂਆਣਾ ਪੈਰੋਲ ਤੇ ਆਪਣੇ ਪਿਤਾ ਦੇ ਭੋਗ ਸਮਾਗਮਾਂ ਚ ਸ਼ਾਮਲ ਹੋਏ ਇਸ ਦੌਰਾਨ ਉਹਨਾਂ ਨੇ ਅਕਾਲੀ ਦਲ ਦਾ ਸਮਰਥਨ ਕਰਨ ਦਾ ਬਿਆਨ ਦਿੱਤਾ ਜਿਸ ਤੋਂ ਬਾਅਦ ਬਲਵੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਪੜਕ ਕੇ ਉਹਨਾਂ ਨੇ ਕਿਹਾ ਜੀ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਾਦਲਾਂ ਨੇ ਹੀ ਬਲਵੰਤ ਸਿੰਘ ਰਾਜੂਆਣਾ ਦੇ ਨਾਲ ਲਿੰਕ ਹਨ ਇਸ ਤੋਂ ਲਈ ਉਹਨਾਂ ਨੇ ਕਿਹਾ ਜੀ ਇਹੀ ਕਾਰਨ ਹੈ ਕਿ ਰਾਜੂ ਆਣਾ ਬਾਦਲਾਂ ਦੇ ਹੱਕ ਵਿੱਚ ਨਿਤਰੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਪਾਰਟੀ ਨੂੰ ਝਟਕਾ ਸਰਪੰਚ ਬਲਕਾਰ ਸਿੰਘ ਰੰਗੀਲਾ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਬਾਦਲ ਦੇ ਵਿੱਚ ਹੋਏ ਸ਼ਾਮਲ ਕਰਜੇ ਦੇ ਸਤਾਇ ਕਿਸਾਨ ਵੱਲੋਂ ਫੌਹ ਲੈ ਕੇ ਖੁਦਕੁਸ਼ੀ ਖਬਰ ਫਰੀਦਕੋਟ ਤੋਂ ਜਿੱਤੇ ਪਿੰਗ ਪਿੰਡ ਭਾਗਥਲਾ ਦੇ ਇੱਕ ਨੌਜਵਾਨ ਕਿਸਾਨ ਲਖਵਿੰਦਰ ਸਿੰਘ ਵੱਲੋਂ ਫਹਾ ਲੈ ਕੇ ਖੁਦਕੁਸ਼ੀ ਕਰ ਲਈ ਜਿਸ ਤੇ ਸਿਰ 14 ਲੱਖ ਦਾ ਕਰਜ਼ਾ ਸੀ ਜਿਸ ਨੂੰ ਪਰੇਸ਼ਾਨ ਕਰਦਾ ਸੀ ਕੈਬਨਿਟ ਮੰਤਰੀ ਸਿੰਘਲਾ ਦੀ ਤੀ ਗौरी ਸਿੰਘਲਾ ਨੇ ਡੋਰ ਟੂ ਡੋਰ ਜਾ ਕੇ ਪੈਦਾਲੀ ਕੀਤਾ ਪ੍ਰਚਾਰ ਕੁਲਬੀਰ ਜੀ ਦਾ ਦੀ ਚੋਣ ਮਹਿੰਮ ਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਪਰਵਾਹ ਹੰਗਾਰਾ ਹੈਪੀ ਜੀਰਾ ਜਿਸ ਤੋਂ ਸਿੱਧ ਹੈ ਕਿ ਕੁਲਬੀਰ ਜੀ ਦਾ ਆਪਣੇ ਹਲਕੇ ਚ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਨਗੇ ਤੇ ਇੱਕ ਵਾਰ ਫਿਰ ਵੱਡਾ ਇੱਕ ਬਣ ਗਏ ਬਾਕੀ ਸੁਰਾਂ ਨੂੰ ਦਬਾਉਣ ਕੇਵਲ ਢਿੱਲੋ ਦੇ ਘਰ ਪਹੁੰਚੇ ਮੁੱਖ ਮੰਤਰੀ ਚੰਨੀ ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਜਿ ਜਿੱਤੇ ਤਾਪਾ ਵਿਖੇ ਕਾਗਜ਼ ਭਰਨ ਤੋਂ ਬਾਅਦ ਕੇਵਲ ਸਿੰਘ ਢਿੱਲੋ ਦੀ ਬਰਨਾਲਾ ਰਹਿਸ਼ ਤੇ ਪਹੁੰਚੇ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ਾਂ ਟਲ ਤਹਿਤ ਉਹਨਾਂ ਨੇ ਢਿੱਲੋ ਨਾਲ ਬੰਦ ਕਮਰਾ ਮੀਟਿੰਗ ਕੀਤੀ ਰੋਜ਼ਾਨਾ ਸ਼ਾਮੀ 7 ਵਜੇ ਜਨਤਾ ਨਾਲ ਰूबरू ਹੋਣਗੇ ਸੁਖਬੀਰ ਬਾਦਲ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈਆ ਪੰਜਾਬ ਦੇ ਲੋਕਾਂ ਨੂੰ ਹੁਣ ਰੋਜ਼ਾਨਾ ਸ਼ਾਮੀ 7 ਵਜੇ ਇੱਕ ਨਵੇਕਲਾ ਸ਼ੋਅ ਸੁਖਬੀਰ ਲਾਈਵ ਐਟ ਸੱਤ ਲੈ ਕੇ ਆ ਰਹੇ ਹਨ ਇਸ 쇼 ਵਿੱਚ ਸੁਖਬੀਰ ਬਾਦਲ ਪੰਜਾਬ ਅਤੇ ਪੰਜਾਬੀਅਤ ਨੂੰ ਉਹਨਾਂ ਦੇ ਜੋ ਵਿਜ਼ਨ ਹਨ ਉਹ ਦਰਸ਼ਕਾਂ ਦੇ ਨਾਲ ਸਾਂਝੇ ਕਰਿਆ ਕਰਨਗੇ ਅਗਲੀ ਵੱਡੀ ਖਬਰ ਹੈ ਜੀ ਬੀਬੀਆਂ ਹੀ ਭਰੋਸੇਮੰਦ ਉਮੀਦਵਾਰ ਪਾਰਟੀ ਨੇਤਾਵਾਂ ਦੀ ਬਜਾਏ ਸਿਰਫ ਪਤਨੀਆਂ ਨੂੰ ਬਣਾ ਰਹੇ ਹਨ ਕਵਰਿੰਗ ਉਮੀਦਵਾਰ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਮੋਢਿਆਂ ਤੇ ਪਾ ਦਿੱਤੀ ਗਈ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੀ ਸਾਂਝੀ ਕਰ ਰਹੇ ਹਾਂ ਜੀ ਭਗਵੰਤ ਮਾਨ ਦਾ ਚੰਨੀ ਤੇ ਤੰਜ ਬੇਸ਼ੱਕ ਈੜੀ ਜ਼ਮਾਨਤ ਦੇ ਦੇਵੇ ਪਰ ਪਤੌੜ ਦੀ ਜ਼ਮਾਨਤਾ ਚੰਨੀ ਦੀ ਜ਼ਮਾਨਤ ਜਬਤ ਕਰੇਗੀ ਆਪਦੀ ਸਰਕਾਰ ਅਧੂਰੀ ਪਈ ਪ੍ਰਤੀ ਪ੍ਰੀਖਿਆ ਪ੍ਰਕਿਰਿਆ ਤੇ ਖਾਲੀ ਪਈਆਂ ਸਾਮੀਆਂ ਨੂੰ ਪੈਲ ਦੇ ਆਧਾਰ ਤੇ ਪਰੇਗੀ ਹਰਪਾਲ ਚੀਮਾ ਨੇ ਵੀ ਵੱਡਾ ਬਿਆਨ ਦਿੱਤਾ ਹੈ ਪਰਮਿੰਦਰ ਸਿੰਘ ਪਿੰਕੀ ਦਾ ਰਾਣਾ ਸੋਢੀ ਨੂੰ ਖੁੱਡਾ ਚੈਲੰਜ ਵਿਕਾਸ ਦੇ ਮੁੱਦੇ ਤੇ ਜਾਦੀ ਮਰਜੀ ਓਪਨ ਡਿਬੇਟ ਕਰ ਲਵੋ ਗੁਰੂ ਹਰਸ ਹਾਏ ਦਾ ਪਗੌੜਾ ਫਿਰੋਜ਼ਪੁਰ ਦੀ ਜਨਤਾ ਨੂੰ ਕਿਹੜੇ ਮੂ ਨਾਲ ਮੰਗ ਰਿਹਾ ਵੋਟਾਂ ਚਾਰ ਵਾਰ ਵਿਧਾਇਕ ਰਹਿੰਦੇ ਹੋਏ ਗੁਰੂ ਹਰਸਹਾਇ ਹਲਕੇ ਚ ਕੋਈ ਕੀਤੇ ਚਾਰ ਵੱਡੇ ਕੰਮ ਗਨਾਵੇ ਰਾਣਾ ਸੋਢੀ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਰਹਿੰਦੇ ਹੋਏ 5 ਰੁਪਏ ਵੀ ਫਿਰੋਜ਼ਪੁਰ ਦੇ ਵਿਕਾਸ ਲਈ ਰਾਣਾ ਸੋਢੀ ਨੇ ਨਹੀਂ ਦਿੱਤੇ ਮੇਂ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਧੰਨਵਾਦ